ਨਵੀਂ ਉਮਰ ਦੇ ਮੁੰਡੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ, ਉਹਨਾਂ ਦੇ ਹੱਥਾਂ ਦੇ ਵਿੱਚ ਤੇਜ਼ਧਾਰ ਹਥਿਆਰ ਨੇ। ਜ਼ਰਾ ਗੌਰ ਦੇ ਨਾਲ ਦੇਖੋ ਇਹ CCTV ਤਸਵੀਰਾਂ। ਨਵੀਂ ਉਮਰ ਦੇ ਮੁੰਡੇ ਚੜ੍ਹਦੀ ਉਮਰ ਦੇ ਵਿੱਚ ਹੀ ਕਿਹੜੇ ਕੰਮਾਂ ਦੇ ਵਿੱਚ ਪੈ ਗਏ ਨੇ। ਨੌਜਵਾਨ 'ਤੇ ਭੱਜ ਕੇ ਹਮਲਾ ਕੀਤਾ, ਉਸ 'ਤੇ ਹੱਥ ਦੀ ਹੱਡੀ ਅਤੇ ਉਂਗਲੀਆਂ ਤੋੜ ਦਿੱਤੀਆਂ। ਤੇਜ਼ਧਾਰ ਹਥਿਆਰ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਜੋੜਾ ਬਾਈਕ 'ਤੇ ਆ ਰਿਹਾ ਸੀ ਤਾਂ ਇੱਕ ਪਿੱਛੇ ਆ ਰਹੇ ਮੁੰਡੇ ਨੇ ਐਕਟਿਵਾ ਉਸਦੇ ਮੋਟਰਸਾਈਕਲ ਦੇ ਵਿੱਚ ਮਾਰੀ, ਰਾਜ਼ੀਨਾਮਾ ਵੀ ਹੋ ਗਿਆ। ਫਿਰ ਇਹ ਨੌਜਵਾਨ ਆਪਣੇ ਯਾਰਾਂ ਦੋਸਤਾਂ ਨੂੰ ਬੁਲਾ ਲਿਆ ਆ ਅਤੇ ਇਸਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਮੁੰਡੇ ਦੇ ਮਾਮੇ 'ਤੇ ਹਮਲਾ ਕੀਤਾ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨੌਜਵਾਨ ਜੋ ਕਿ ਚੜ੍ਹਦੀ ਉਮਰ ਦੇ ਵਿੱਚ ਇਸ ਤਰੀਕੇ ਦੀਆਂ ਵਾਰਦਾਤਾਂ ਕਰਦੇ ਨੇ। ਲੁਧਿਆਣਾ ਦਾ ਇਹ ਪੂਰਾ ਮਾਮਲਾ ਹੈ, ਰਾਜ਼ੀਨਾਮਾ ਵੀ ਹੋ ਗਿਆ ਸੀ, ਫਿਰ ਵੀ ਇਹਨਾਂ ਨੌਜਵਾਨਾਂ ਦੇ ਵੱਲੋਂ ਰਲ ਮਿਲ ਕੇ ਤੇਜ਼ਧਾਰ ਹਥਿਆਰ ਦੇ ਨਾਲ ਮੁੰਡੇ ਦੇ ਮਾਮੇ 'ਤੇ ਹਮਲਾ ਕੀਤਾ ਗਿਆ ਅਤੇ ਉਸਦੀ ਹੱਥ ਦੀ ਹੱਡੀ ਅਤੇ ਉਂਗਲਾਂ ਨੇ ਜਿਹੜੀਆਂ ਉਹ ਤੋੜ ਦਿੱਤੀਆਂ ਨੇ। ਇਹ ਜੀ ਸਾਡੇ ਘਰ ਦੇ ਬਾਹਰ ਮਾਮਾ ਜਿਹਾ ਲੜਕਾ ਆ ਰਿਹਾ ਸੀਗਾ, ਉਹਨਾਂ ਦੀ ਬਾਈਕ ਪਿੱਛੇ ਬੈਠੀ ਸੀਗੀ, ਉਹ ਮੋਟਰਸਾਈਕਲ ਪਿੱਛੋਂ ਲਿਆ ਕੇ ਮੁੰਡੇ ਨੇ ਐਕਟੀਵਾ 'ਤੇ ਸੀਗਾ, ਉਹਨੇ ਐਕਟੀਵਾ ਮਾਰੀ ਅਤੇ ਅਸੀਂ ਇੱਦਾਂ ਹੀ ਸਮਝਾ ਸਮਝੂ ਕੇ ਭੇਜਤਾ ਵੀ ਚਲੋ ਕੋਈ ਗੱਲ ਨਹੀਂ। ਅਸੀਂ ਘਰ ਵੜ ਕੇ ਅੰਦਰ ਆ ਗਏ, 15-20 ਮਿੰਟਾਂ ਬਾਅਦ ਜੀ ਮੁੰਡੇ ਇਕੱਠੇ ਕਰਕੇ ਲੈ ਕੇ ਆ ਗਿਆ। 5 ਜਣੇ ਸੀਗੇ ਅਤੇ 4 ਕੋਲ ਹਥਿਆਰ ਸੀਗੇ, ਦਾਤਰ ਦੂਤਰ ਸੀਗੇ, ਖੰਡੇ ਖੁੰਡੇ ਸੀਗੇ। ਅਤੇ ਜਦੋਂ ਸਾਨੂੰ ਪਤਾ ਲੱਗਿਆ ਹਥਿਆਰ ਹੈ, ਮੈਂ ਮਗਰ ਪਿੱਛੇ ਭੱਜਿਆ ਘਰ ਨੂੰ, ਅੰਦਰ ਵੜ ਲੱਗਿਆ ਅਤੇ ਉਹਨਾਂ ਨੇ ਮਾਰਿਆ ਹਥਿਆਰ ਜੀ, ਉਹਨਾਂ ਨੇ ਖੰਡਾ ਮਾਰਿਆ ਪਹਿਲਾਂ ਮੇਰੇ, ਖੰਡਾ ਮਾਰ ਕੇ ਅਤੇ ਪਿੱਛੇ ਜਿਹੜਾ ਮੁੰਡਾ ਖੜਾ ਸੀ ਉਹ ਕਹਿੰਦਾ ਜੀ ਗੋਲੀ ਮਾਰ ਅਤੇ ਗੋਲੀ ਮਾਰ। ਮੇਰੇ ਹਿਸਾਬ ਨਾਲ ਹੋ ਸਕਦਾ ਵੀ ਉਹਨਾਂ ਕੋਲ ਨਜਾਇਜ਼ ਹਥਿਆਰ ਵੀ ਹੋਵੇ, ਅਤੇ ਜੇ ਇੰਨੇ ਉਹਨਾਂ ਕੋਲ ਦਾਤਰ ਦੂਤਰ ਸੀਗੇ ਇੰਨੇ ਤਿੱਖੇ ਅਤੇ ਹਥਿਆਰ ਵੀ ਹੋ ਸਕਦਾ ਉਹਨਾਂ ਕੋਲ। ਕੋਈ ਰੰਜਿਸ਼ ਹੈਗੀ, ਪੁਰਾਣੀ ਰੰਜਿਸ਼? ਕੋਈ ਰੰਜਿਸ਼ ਨਹੀਂ ਭਾਅ ਜੀ, ਮਿੰਟ ਪਾਣ ਦੀ ਗੱਲ ਸੀਗੀ, ਸਿਰਫ ਸਮਝੌਤਾ ਹੀ ਹੋਇਆ ਸੀ ਇਹਨਾਂ ਦਾ ਕਿ ਵੀ ਚਲੋ ਕੋਈ ਗੱਲ ਨਹੀਂ, ਬੱਚ ਮੋਟਰਸਾਈਕਲ ਬੱਚ ਗਿਆ ਜਾ ਤੂੰ, ਭਾਅ ਇੰਨੀ ਕੁ ਗੱਲ ਹੋਈ ਸੀ। ਠੀਕ ਹੈ, ਕੌਣ ਮੁੰਡੇ ਨੇ, ਕਿੱਥੋਂ ਆਏ ਸੀ, ਕੁਛ ਪਤਾ ਲੱਗ ਸਕਿਆ? ਇਹ ਫਤਿਹਗੜ੍ਹ ਦੇ ਨੇ ਭਾਅ ਜੀ। ਅੱਛਾ, ਹਾਂਜੀ, 5 ਦੇ 5 ਹੀ ਫਤਿਹਗੜ੍ਹ ਦੇ ਨੇ। ਠੀਕ ਹੈ, ਅਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ? ਹਾਂਜੀ, 16 ਤਰੀਕ ਦੀ ਭਾਅ ਜੀ ਕੀਤੀ ਹੋਈ ਆ। ਅੱਛਾ, ਅਤੇ ਹੁਣ ਤੱਕ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ? ਹਜੇ ਕੋਈ ਨਹੀਂ ਜੀ ਕਾਰਵਾਈ ਹੋਈ, ਕੋਈ ਮੁੰਡਾ ਨਹੀਂ ਚੱਕਿਆ, ਕੁਛ ਨਹੀਂ ਹੋਇਆ ਹਜੇ। ਕੀ ਚਾਹੁੰਦੇ ਹੋ? ਆਪਾਂ ਤਾਂ ਭਾਅ ਜੀ ਕਾਰਵਾਈ ਹੋ ਜਾਵੇ, ਇਨਸਾਫ ਹੋ ਜਾਵੇ।